ਜਲੰਧਰ ਦੇ ਥਾਣਾ ਭਾਰਗਵ ਕੈਂਪ ਦੀ ਪੁਲਿਸ ਨੇ ਲੁੱਟਪਾਟ ਕਰਨ ਵਾਲੇ ਇੱਕ ਆਰੋਪੀ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਭਾਰਗਵ ਕੈਂਪ ਦੇ SHO ਭਗਵੰਤ ਸਿੰਘ ਭੁੱਲਰ ਨੇ ਦੱਸਿਆ ਕਿ ਐਤਵਾਰ ਦੁਪਹਿਰ 3 ਵਜੇ ਦੇ ਕਰੀਬ ਨਗੋਤਰ ਤੋਂ ਆਈ ਮਹਿਲਾ ਆਪਣੇ ਬੇਟੇ ਨੂੰ ਇੱਕ ਨਿੱਜੀ ਹਸਪਤਾਲ 'ਚ ਮਿਲਣ ਜਾ ਰਹੀ ਸੀ, ਜਿਸ ਦੇ ਦੌਰਾਨ ਪਿੱਛੋਂ ਆਏ ਦੋ ਬਾਈਕ ਸਵਾਰ ਲੁਟੇਰਿਆਂ ਨੇ ਨਿੱਜੀ ਹਸਪਤਾਲ ਦੇ ਬਾਹਰ ਉਹਨਾਂ ਦੀਆਂ ਬਾਲੀਆਂ ਖਿੱਚ ਲਈਆਂ ਅਤੇ ਪਰਸ ਖਿੱਚ ਕੇ ਫਰਾਰ ਹੋ ਗਏ। ਇਸ ਘਟਨਾ ਸੰਬੰਧੀ ਥਾਣਾ ਭਾਰਗਵ ਕੈਂਪ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ। ਪੁਲਿਸ ਨੇ ਕਾਰਵਾਈ ਕਰਦੇ ਹੋਏ ਬੈਂਕ ਲੋਨ ਦੇ ਕੋਲ ਘੁੰਮ ਰਹੇ ਸਨੈਚਰ ਰਵਿੰਦਰ ਸਿਰਫ ਉਰਫ ਮੰਨਾ ਨੂੰ ਕਪੂਰਥਲਾ ਤੋਂ ਗ੍ਰਿਫਤਾਰ ਕੀਤਾ ਹੈ। ਕੱਲ ਅਮਰਜੀਤ ਕੌਰ ਨੇ ਸੁਣੇ ਮਦਈ ਨੇ ਸਾਡੇ ਤੋਂ ਲਿਖਾਈ ਸੀ ਕੰਪਲੇਂਟ, ਜਿਹੜੀ ਫਾਜੀ ਗੱਲ ਮਲਾਂ ਪੁੱਤਰ ਦੇ ਰਹਿਣ ਵਾਲੇ ਆ। ਇਹਨਾਂ ਕਿਹਾ ਕਿ ਮੌਤ ਆਪਣੇ ਬੇਟੇ ਦੇ ਨਾਲ ਅੱਜ ਜਲੰਧਰ ਆ ਰਹੀ ਸੀ ਅਤੇ ਆਪ ਨਵਾਂ ਹੋਸਪਿਟਲ ਦੇ ਨਜ਼ਦੀਕ ਇੱਕ ਮੋਟਰਸਾਈਕਲ ਦੇ ਦੋ ਸਵਾਰ ਜਿਹੜੇ ਬੰਦੇ ਉਹਦਾ ਪਿੱਛਾ ਕਰਦੇ ਆ ਰਹੇ ਨਾਂਗੇ ਤੋਂ ਅਤੇ ਆਪ ਨੂੰ ਹੋਸਪਿਟਲ ਦੇ ਨਜ਼ਦੀਕ ਉਹਨਾਂ ਨੇ ਉਹਨਾਂ ਦਾ ਪਰਸ ਅਤੇ ਉਹਦੀਆਂ ਵਾਲੀਆਂ ਜਿਹੜੀਆਂ ਝਟਕ ਖੋਲੀਆਂ ਅਤੇ ਉੱਥੋਂ ਖੋ ਕੇ ਦੌੜ ਗਏ। ਇਹਦੇ ਸੰਬੰਧ ਅਸੀਂ ਇੱਕ ਕੇਸ ਦਰਜ ਕੀਤਾ। ਕੇਸ ਦਰਜ ਕਰਨ ਤੋਂ ਬਾਅਦ ਸਾਡੇ ASI ਮੇਸ਼ ਨੇ ਜਿਹੜਾ ਉਹਦੇ ਨਾਲ ਟੀਮ ਪੁਲਿਸ ਪਾਰਟੀ ਨੇ ਇਹਨੂੰ ਫਿਰ ਮੁੜ ਕੇ ਸ਼ਾਮ ਨੂੰ ਜਿਹੜਾ ਗਾਂਧੀ ਨੂੰ ਅਰੈਸਟ ਕਰ ਗਿਆ ਸੀ ਆਪਣੇ ਟਾਵਰ ਇਨਕਲੇਵ ਵੱਲੋਂ। ਤਾਂ ਇਹਦੇ ਕੋਲੋਂ ਜਿਹੜਾ ਇੱਕ ਤਾਂ ਬੰਦਾ ਵਿੱਚ ਉਸ ਭੱਜਣ ਭੱਜ ਗਿਆ ਦੌੜ ਗਿਆ ਮੋਟਰਸਾਈਕਲ ਜਿਹੜਾ ਇਹਦਾ ਨਾਲ ਦਾ ਸਾਥੀ ਇਹ ਅਸੀਂ ਫੜ ਲਿਆ ਉੱਥੇ। ਇਹਦੇ ਕੋਲੋਂ ਜਿਹੜਾ ਇਹਦਾ ਲੁੱਟ ਹੋਇਆ ਗੱਡੀ ਦਾ ਪਰਸ ਸੀ ਉਹਦੇ ਵਿੱਚ ਆਧਾਰ ਕਾਰਡ ਸੀ ਪੈਸੇ ਸੀ ਉਹ ਅਸੀਂ ਬਰਾਮਦ ਕਰ ਲਏ ਆ। ਬਾਕੀ ਜਿਹੜੀ ਵਾਲੀਆਂ ਜਿਹੜਾ ਦੌੜਿਆ ਪਰਸ ਨੇ ਆ ਉਹਦੇ ਕੋਲ ਆ ਉਹ ਵੀ ਜਲਦੀ ਉਹਦਾ ਅਰੈਸਟ ਕਰਕੇ ਅਤੇ ਉਹਦੀ ਬਰਾਮਦ ਕਰਾਂਗੇ। ਸਰ ਇਹਨਾਂ ਨੂੰ ਪਤਾ ਲੱਗਿਆ ਇਹਨਾਂ ਨੂੰ ਕਿੰਨੀਆਂ ਵਾਰ ਦਿੱਤਾ ਗਿਆ ਜੀ? ਹਾਂ ਉਹ ਵੀ ਅਸੀਂ ਅੱਜ ਤੱਕ 2 ਦਿਨ ਦਾ ਪੁਲਿਸ ਰਿਮਾਂਡ ਲੈ ਕੇ ਆਏ ਹਾਂ ਅਤੇ ਉਹ ਵੀ ਨੋਟੀਫਿਕ ਕਰ ਰਹੇ ਹਾਂ। ਸਰ ਇਹਨਾਂ ਦਾ ਕੋਈ ਪਹਿਲਾਂ ਵੀ ਮੁਕੱਦਮਾ ਹੋਇਆ? ਹਾਂ ਪਹਿਲਾਂ ਵੀ ਅਤੇ ਜਿਹੜਾ ਅਸੀਂ ਫੜਿਆ ਰਵਿੰਦਰ ਸਿੰਘ ਇਹਦਾ ਨਾਂ ਰਵਿੰਦਰ ਸਿੰਘ ਆ ਉਹ ਮੰਨਾ ਅਤੇ ਉਹਦਾ ਨਾਂ ਲਖਵਿੰਦਰ ਸਿੰਘ ਆ ਇਹ ਕਪੂਰਥਲੇ ਦਾ ਰਹਿਣ ਵਾਲਾ। ਦੂਜਾ ਜਿਹੜਾ ਦੋਸ਼ੀ ਉਹ ਵੀ ਕਪੂਰਥਲੇ ਦਾ ਰਹਿਣ ਵਾਲਾ ਇਹ ਕਪੂਰਥਲੇ ਤੋਂ ਆ ਕੇ ਅਤੇ ਵਾਪਸਾਂ ਕਰਦੇ ਜਲੰਧਰ ਦੇ ਵਿੱਚ। ਠੀਕ ਤਾਂ ਅਸੀਂ ਉਹ ਦੇਖ ਰਹੇ ਹਾਂ ਵੀ ਇਹਨਾਂ ਨੇ ਹੋਰ ਕਿਹੜੀਆਂ ਕਿਹੜੀਆਂ ਵਾਰਦਾਤਾਂ ਕੀਤੀਆਂ ਸਾਡੇ ਜਲੰਧਰ 'ਚ ਪੂਰੇ ਤਰੀਕੇ ਨਾਲ ਕੀ ਕਾਰਵਾਈ ਕੀਤੀ ਇਹਨਾਂ ਨੇ? ਇਹਦਾ ਤਾਂ ਅਸੀਂ ਕੇਸ ਦਰਜ ਕਰਤਾ ਜੀ ਉਹਦੇ ਤਹਿਤ ਅਸੀਂ ਅੱਜ ਪੇਸ਼ ਕੀਤਾ ਅਦਾਲਤ 2 ਦਿਨ ਦੇ ਪੁਲਿਸ ਰਿਮਾਂਡ 'ਤੇ ਸਾਡੇ ਕੋਲ ਸੰਬੰਧ ਹੈ। ਠੀਕ ਹੈ। ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ ਨਿਊਜ਼।